ਪੰਜਾਬ ਤੋਂ ਜਿਹੜੇ ਹੜ੍ਹ ਆਏ ਆ ਉਹਦੀਆਂ ਖਬਰਾਂ, ਬਾੜ ਜਿਹੜੀ ਆਈ ਹੋਈ ਆ ਪੰਜਾਬ ਦੇ ਵਿੱਚ, ਬਿਆਸ ਅਤੇ ਘੱਗਰ ਦੇ ਬੰਧ ਜਿਹੜੇ ਆ ਉਹ ਟੁੱਟ ਗਏ ਆ। ਸਰਦੂਲਗੜ੍ਹ ਸ਼ਹਿਰ ਦੇ ਵਿੱਚ ਪਾਣੀ ਆ ਗਿਆ ਆ, ਤਰਨ ਤਾਰਨ ਦੇ ਵਿੱਚ ਖੇਤ ਜਿਹੜੇ ਆ ਉਹ ਜਲਮਗਨ ਹੋ ਗਏ ਆ, ਗੁਰਦਾਸਪੁਰ ਦੇ ਵਿੱਚ ਛੱਡਿਆ ਗਿਆ ਆ 1.71 ਲੱਖ ਕਿਊਸਿਕ ਪਾਣੀ। ਸੋ ਪੰਜਾਬ ਦੇ ਵਿੱਚ 22 ਜੁਲਾਈ ਤੱਕ ਮੌਸਮ ਵਿਭਾਗ ਨੇ ਜਿਹੜਾ ਉਹ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਆ। ਰਾਜ ਦੇ ਕਈ ਹਿੱਸਿਆਂ ਦੇ ਵਿੱਚ ਹਲਕੀ ਬਾਰਿਸ਼ ਹੋ ਸਕਦੀ ਆ, ਲੇਕਿਨ ਪਹਾੜਾਂ ਤੋਂ ਆ ਰਹੇ ਪਾਣੀ ਨੂੰ ਜਿਹੜਾ ਰੋਕਣ ਦੇ ਵਿੱਚ ਬੰਧ ਜਿਹੜੇ ਆ ਉਹ ਨਾ ਕਾਫੀ ਸਾਬਤ ਹੋ ਰਹੇ ਆ। ਬਿਆਸ ਨਦੀ ਦੇ ਉੱਪਰ ਬਣੇ ਪੌਂਗ ਬੰਧ ਤੋਂ ਜਿਹੜਾ ਛੱਡੇ ਗਏ ਪਾਣੀ ਹੁਣ ਨਿਚਲੇ ਇਲਾਕੇ ਜਿਹੜੇ ਉੱਥੇ ਉਹ ਡੁੱਬਣ ਲੱਗੇ ਆ। ਤਰਨ ਤਾਰਨ ਏਰੀਆ ਦੇ ਵਿੱਚ ਬਿਆਸ ਦੇ ਪਾਣੀ ਨੇ ਤਬਾਹੀ ਮਚਾਉਣੀ ਸ਼ੁਰੂ ਕਰਤੀ ਆ। ਤਰਨ ਤਾਰਨ ਦੇ ਮੁੰਡਾ ਪਿੰਡ ਦੇ ਵਿੱਚ ਬਿਆਸ ਨਦੀ ਦੇ ਬਹਾਵ ਤੋਂ ਬਚਾਵ ਦੇ ਲਈ ਬਣਾਏ ਗਏ ਧੂਸੀ ਬੰਨ ਦੇ ਵਿੱਚ ਜਿਹੜੀ ਉਹ ਦਰਾਰ ਆ ਗਈ ਆ। ਇਹਦੇ ਨਾਲ ਜਿਹੜਾ ਪਾਣੀ ਨੇ ਇਸ ਖੇਤਰ ਦੇ ਵਿੱਚ ਕਰੀਬ 8 ਤੋਂ 10 ਪਿੰਡਾਂ ਦੀ ਤਰਫ ਆਪਣਾ ਰੁੱਖ ਕਰ ਲਿਆ ਆ। ਪਿੰਡ ਦੇ ਵਿੱਚ ਖੇਤ ਪਾਣੀ ਦੇ ਨਾਲ ਲਬਾਲਬ ਭਰ ਗਏ ਆ ਅਤੇ ਧਾਨ ਦੀ ਸਾਰੀ ਫਸਲ ਜਿਹੜੀ ਪਾਣੀ ਦੇ ਵਿੱਚ ਡੁੱਬ ਗਈ ਆ। ਕਿਸਾਨਾਂ ਦਾ ਕਹਿਣਾ ਆ ਕਿ ਪਾਣੀ ਦੇ ਨਾਲ ਜਿਹੜਾ ਉਹ ਭਾਰੀ ਗਾਦ ਵੀ ਜਿਹੜੀ ਆ ਰਹੀ ਆ, ਜਿਹਦੇ ਨਾਲ ਉਹਨਾਂ ਦੇ ਖੇਤ ਖਰਾਬ ਹੋ ਰਹੇ ਆ। ਸੋ ਜਾ ਕੇ ਤੁਸੀਂ ਫੋਟੋਆਂ ਦੇਖਿਓ ਜੀ, ਸੁਬਹ 3 ਵਜੇ ਜਿਹੜਾ ਉਹ ਸਵੇਰੇ ਧੂਸੀ ਬੰਨ ਜਿਹੜਾ ਉਹ ਟੁੱਟਿਆ ਆ। ਤਰਨ ਤਾਰਨ ਦੇ ਮੁੰਡਾ ਅਤੇ ਗੁੱਜਰਪੁਰਾਂ ਦੇ ਲੋਕਾਂ ਨੇ ਦੱਸਿਆ ਕਿ ਤੜਕੇ ਕਰੀਬ 3 ਵਜੇ ਬਿਆਸ ਨਦੀ ਦੇ ਵਿੱਚ ਪਾਣੀ ਦਾ ਵਹਾਵ ਵਧਣ ਦੇ ਨਾਲ ਧੂਸੀ ਬੰਨ ਦੇ ਵਿੱਚ ਦਰਾਰ ਆ ਗਈ। ਉਸ ਤੋਂ ਬਾਅਦ ਲਗਾਤਾਰ ਪਾਣੀ ਦਾ ਵਹਾਵ ਜਿਹੜਾ ਉਹ ਵੱਧਦਾ ਜਾ ਰਿਹਾ ਆ। ਪਿੰਡ ਵਾਲਿਆਂ ਨੇ ਕਿਹਾ ਕਿ ਇਸ ਖੇਤਰ ਦੇ ਵਿੱਚ ਘੱਟ ਤੋਂ ਘੱਟ ਹਜੇ 6 ਤੋਂ 7 ਕਿਲੋਮੀਟਰ ਏਰੀਆ ਜਿਹੜਾ ਆ ਉਹਦੇ 'ਚ ਪਾਣੀ ਨਾਲ ਜਿਹੜੇ ਉਹ ਖੇਤ ਡੁੱਬ ਗਏ ਆ। ਮਿੱਟੀ ਦੇ ਨਾਲ ਭਰੀਆਂ ਬੋਰੀਆਂ ਵੀ ਪਾ ਰਹੇ ਆ, ਲੇਕਿਨ ਵਹਾਵ ਇੰਨਾ ਤਾਂ ਤੇਜ਼ ਆ ਕਿ ਮਿੱਟੀ ਦੀਆਂ ਬੋਰੀਆਂ ਉਹਦੇ ਵਿੱਚ ਬਹਿ ਗਈਆਂ। ਸਰਦੂਲਗੜ੍ਹ ਸ਼ਹਿਰ ਦੀ ਤਰਫ ਪਾਣੀ ਜਿਹੜਾ ਉਹ ਵੱਧ ਰਿਹਾ ਆ, ਲੋਕ ਬੰਨ ਬਣਾਉਣ ਦੇ ਵਿੱਚ ਜੁਟੇ ਹੋਏ ਆ। ਘੱਗਰ ਨਦੀ ਦੇ ਉੱਪਰ ਚੰਦਪੁਰ ਦੇ ਵਿੱਚ ਧੂਸੀ ਬੰਨ ਟੁੱਟਣ ਦੇ ਬਾਅਦ ਜਿਹੜਾ ਪਾਣੀ ਉਹ ਗ੍ਰਾਮੀਣ ਖੇਤਰਾਂ ਨੂੰ ਆਪਣੇ ਚਪੇਟ ਦੇ ਵਿੱਚ ਲੈ ਰਿਹਾ ਆ ਅਤੇ ਹੁਣ ਸਰਦੂਲਗੜ੍ਹ ਸ਼ਹਿਰ ਦੀ ਤਰਫ ਪਾਣੀ ਜਿਹੜਾ ਉਹ ਵੱਧ ਰਿਹਾ ਆ। ਲੋਕਾਂ ਨੇ ਸ਼ਹਿਰ ਦੇ ਜਿਹੜੇ ਆਲੇ ਦੁਆਲੇ ਜਿੱਥੇ ਪਾਣੀ ਘੁਸਣ ਦੀ ਜਿਹੜੀ ਪਾਣੀ ਆਉਣ ਦੀ ਜਿਹੜੀ ਉਹ ਆਸ਼ੰਕਾ ਆ, ਉੱਥੇ ਆਪਣੇ ਸਤਰ 'ਤੇ ਮਿੱਟੀ ਦੇ ਨਾਲ ਜਿਹੜੇ ਉਹ ਬੰਨ ਬਣਾਉਣੇ ਸ਼ੁਰੂ ਕਰਦੇ ਆ। ਮਾਨਸਾ ਦੇ ਵਿੱਚ ਘੱਗਰ ਤੋਂ ਬਚਾਅ ਦੇ ਲਈ ਸੜਕ ਦੇ ਉੱਪਰ ਬਣਾਇਆ ਗਿਆ ਆ 800 ਮੀਟਰ ਲੰਬਾ ਬੰਨ। ਉਸ ਤੋਂ ਬਾਅਦ ਜੀ ਉਜ ਦਰਿਆ ਦੇ ਵਿੱਚ ਛੱਡਿਆ ਗਿਆ ਆ 1717977 ਕਿਊਸਿਕ ਪਾਣੀ। DC ਨੇ ਕਿਹਾ ਆ ਕਿ ਜਿਹੜੇ ਬਾੜ ਪ੍ਰਭਾਵਿਤ ਏਰੀਏ ਆ ਉੱਥੋਂ ਦੂਰ ਰਹੋ ਅਤੇ ਹੁਣ ਬੰਦਾ ਕਰੇ ਕਿ ਵੀਰੋ ਬਹੁਤ ਨੁਕਸਾਨ ਹੋ ਰਿਹਾ ਆ। ਫੋਟੋਆਂ ਵੀਡੀਓ ਜਿਹੜੀ ਉਹ ਜ਼ਰੂਰ ਦੇਖੋ ਅਤੇ ਆਪਣੇ ਮਿੱਤਰ ਪਿਆਰਿਆਂ ਦੀ ਮਦਦ ਕਰ ਸਕਦੇ ਹਾਂ ਤਾਂ ਜ਼ਰੂਰ ਕਰੋ।